ਲਿਫਾਫਾ ਕਲਚਰ ਖਤਮ ਹੋ ਗਿਆ ਜੀ? ਦੋ ਵਾਰੀ ਚੋਣ ਕਰਵਾ ਦਿੱਤੀ ਹੈ ਬਾਲਸਾ ਨੇ ਪਹਿਲਾਂ ਨਾਂ ਪੇਸ਼ ਕਰਕੇ, ਇਹਦਾ ਮਤਲਬ ਲਿਫਾਫਾ ਕਲਚਰ ਖਤਮ ਹੀ ਹੋ ਗਿਆ। ਨਾਂ ਖਤਮ ਹੋਏਗਾ ਤਾਂ ਫਿਰ ਚੋਣ ਲੜਾ ਦਾਂਗੇ। ਕਿਹੋ ਜਿਹਾ ਲੱਗ ਰਿਹਾ ਘਰ ਵਾਪਸੀ ਕਰਕੇ? ਮੈਨੂੰ ਕੋਈ ਫਰਕ ਨਹੀਂ ਲੱਗਦਾ, ਕਿਉਂਕਿ ਪਹਿਲਾਂ ਵੀ ਮੈਂ ਕਿਸੇ ਹੋਰ ਪਾਰਟੀ 'ਚ ਨਹੀਂ ਸੀ। ਕਿਤੇ ਵਿਅਕਤੀਆਂ ਦੇ ਇਕੱਠ ਦਾ ਨਾਂ ਨਹੀਂ ਹੈਗਾ। ਅਕਾਲੀ ਦਲ ਅਕਾਲੀ ਸੋਚ ਨਾਲ ਸੰਬੰਧਿਤ ਹੈ। ਸਾਡੀਆਂ ਰਗਾਂ ਦੇ ਵਿੱਚ 104 ਸਾਲ ਦਾ ਅਕਾਲੀ ਖੂਨ ਹੈ। ਅੱਜ ਪਾਰਟੀ ਮਹਿਸੂਸ ਕਰਨ ਲੱਗੀ ਹੈ ਕਿ ਸੱਚਮੁੱਚ ਹੀ ਸਾਨੂੰ ਸਿਧਾਂਤਕ ਤੌਰ 'ਤੇ ਪਰਪੱਕਤਾ ਵੀ ਲੈਣੀ ਪਏਗੀ। ਅਕਾਲੀ ਦਲ ਦੁਬਾਰਾ ਜਿਹੜੀ ਹੈਗੀ ਆ ਉਹ ਰੀਬਿਲਟ ਹੋ ਰਹੀ ਹੈ। ਹੁਣ ਸਾਰੇ ਵਰਕਰ ਕਹਿ ਰਹੇ ਆ ਕਿ ਅੱਜ ਅਸੀਂ ਪੂਰੇ ਉਤਸ਼ਾਹ 'ਚ ਹੋ ਗਏ ਅਤੇ ਪੂਰੀ ਜਾਨ ਸਾਡੀ 'ਚ ਆ ਗਈ। ਖੁਸ਼ ਵੀ ਬੜੇ ਹੋਏ ਹੋਣਗੇ ਅਤੇ ਨਾਰਾਜ਼ ਵੀ ਬੜੇ ਹੋਏ ਹੋਣਗੇ। ਕੌਣ ਖੁਸ਼ ਸੀ ਅਤੇ ਕੌਣ ਨਾਰਾਜ਼ ਸੀ? ਚਮਦੇ ਮਰ ਗਈ ਹੈ ਜਾਂ ਖਤਮ ਹੋ ਗਈ ਹੈ ਜੀ, ਜੀਰੋ 'ਤੇ ਆ ਗਈ ਹੈ ਜੀ, ਉਹਦੇ 'ਚ ਜਾਨ ਪੈ ਗਈ ਤਾਂ ਸਾਡਾ ਨੁਕਸਾਨ ਹੋ ਜਾਏਗਾ। ਬੀਤੇ ਦਿਨ ਬੀਬੀ ਜਗੀਰ ਕੌਰ ਖੁਰੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕੀਤੀ ਹੈ, ਜਿਸ ਤੋਂ ਬਾਅਦ ਚਰਚਾ ਦਾ ਵਿਸ਼ਾ ਬੜੇ ਰਹੇ ਨੇ। ਕਾਫੀ ਨਿਊਜ਼ ਚੈਨਲਾਂ 'ਤੇ ਇਹਨਾਂ ਨੂੰ ਚਲਾਇਆ ਗਿਆ, ਇਹਨਾਂ ਦੇ ਬਾਰੇ ਕਈ ਗੱਲਾਂ ਜਿਹੜੀਆਂ ਨੇ ਉਹ ਕਹੀਆਂ ਗਈਆਂ, ਕਿਉਂਕਿ ਇਹਨਾਂ ਨੇ ਹੀ ਸਭ ਤੋਂ ਪਹਿਲਾਂ ਲਿਫਾਫਾ ਕਲਚਰ ਨੂੰ ਜਿਹੜਾ ਹੈਗਾ ਹੈ ਉਹ ਦੇਖਿਆ, ਇਹਨਾਂ ਨੇ ਉਸਦਾ ਵਿਰੋਧ ਕੀਤਾ, ਕਈ ਚੀਜ਼ਾਂ ਜਿਹੜੀਆਂ ਨੇ ਉਹ ਸੁਰੱਖਿਆ ਬਣੀਆਂ ਰਹੀਆਂ। ਬੀਬੀ ਜਗੀਰ ਕੌਰ ਹੋਰੀ ਸਾਡੇ ਨਾਲ ਗੱਲਬਾਤ ਕਰਦੇ ਹਾਂ। ਮੈਮ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ, ਸ਼ੁਕਰੀਆ ਸਮਾਂ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਿਫਾਫਾ ਕਲਚਰ ਖਤਮ ਹੋ ਗਿਆ ਜੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ? ਦੋ ਵਾਰੀ ਚੋਣ ਕਰਵਾ ਦਿੱਤੀ ਹੈ ਬਾਲਸਾ ਨੇ ਪਹਿਲਾਂ ਨਾਂ ਪੇਸ਼ ਕਰਕੇ, ਇਹਦਾ ਮਤਲਬ ਲਿਫਾਫਾ ਕਲਚਰ ਖਤਮ ਹੀ ਹੋ ਗਿਆ। ਨਾਂ ਖਤਮ ਹੋਏਗਾ ਤਾਂ ਫਿਰ ਚੋਣ ਲੜਾ ਦਾਂਗੇ। ਲੱਗਦਾ ਹੈ ਕਿ ਘਰ ਵਾਪਸੀ ਜਦੋਂ ਹੁਣ ਤੁਸੀਂ ਘਰ ਵਾਪਸੀ ਕੀਤੀ ਹੈ, ਪਹਿਲਾਂ ਤਾਂ ਮਾਹੌਲ ਜਾਣਨਾ ਚਾਹੂੰਗਾ, ਕਿਹੋ ਜਿਹਾ ਲੱਗ ਰਿਹਾ ਘਰ ਵਾਪਸੀ ਕਰਕੇ? ਦੇਖੋ ਮੈਂ ਬੜੀ ਬੈਲੈਂਸਡ ਮਾਇੰਡ ਹੈ, ਮੈਨੂੰ ਕੋਈ ਫਰਕ ਨਹੀਂ ਲੱਗਦਾ, ਕਿਉਂਕਿ ਪਹਿਲਾਂ ਵੀ ਮੈਂ ਕਿਸੇ ਹੋਰ ਪਾਰਟੀ 'ਚ ਨਹੀਂ ਸੀ। ਸੋਚਦੇ ਦੇਖੋ ਅਕਾਲੀ ਦਲ ਕਿਤੇ ਵਿਅਕਤੀਆਂ ਦੇ ਇਕੱਠ ਦਾ ਨਾਂ ਨਹੀਂ ਹੈਗਾ। ਅਕਾਲੀ ਦਲ ਅਕਾਲੀ ਸੋਚ ਨਾਲ ਸੰਬੰਧਿਤ ਹੈ। ਅਕਾਲੀ ਕੌਣ ਹੈ? ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਰਹਿ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ ਅਤੇ ਅਕਾਲ ਪੁਰਖ ਦਾ ਬੰਦਾ ਕਹਾਉਣ ਦਾ ਯੋਗਤਾ ਰੱਖਦਾ ਹੋਵੇ। ਹੁਣ ਅਕਾਲ ਪੁਰਖ ਦੇ ਬੰਦੇ ਬਣਨਾ ਸਾਡੇ ਵਾਸਤੇ ਲਾਜ਼ਮੀ ਹੈ ਜੇ ਅਸੀਂ ਅਕਾਲੀ ਕਹਾਉਣਾ। ਅਤੇ ਮੈਂ ਸਮਝਦੀ ਹਾਂ ਕਿ ਮੇਰੇ ਪਰਿਵਾਰਕ ਪਿਛੋਕੜ ਤੋਂ ਲੈ ਕੇ 104 ਸਾਲ ਤੋਂ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਬਣਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਦੋਨੋਂ ਆਪਸ ਵਿੱਚ ਪੂਰਕ ਨੇ, ਅਤੇ ਸਾਡੀਆਂ ਰਗਾਂ ਦੇ ਵਿੱਚ 104 ਸਾਲ ਦਾ ਅਕਾਲੀ ਖੂਨ ਹੈ, ਅਕਾਲੀ ਸੋਚ ਹੈ, ਅਕਾਲੀ ਵਿਚਾਰਧਾਰਾ, ਅਕਾਲੀ ਸ਼ਬਦ ਕੁਰਬਾਨੀਆਂ 'ਚੋਂ ਨਿਕਲਿਆ ਹੋਇਆ। ਸੋ ਇਹ ਕੁਰਬਾਨੀਆਂ 'ਚੋਂ ਨਿਕਲਿਆ ਸ਼ਬਦ ਜਿਹੜਾ ਹੈ ਇਹਦੀ ਅਸੀਂ ਕਿਸੇ ਪਾਰਟੀ ਨਾਲ ਤੁਲਨਾ ਨਹੀਂ ਕਰ ਸਕਦੇ। ਉਹਨਾਂ ਦੀ ਪਾਰਟੀ ਦੀਆਂ ਤੁਲਨਾ ਜੇ ਅਸੀਂ ਕਰਾਂਗੇ ਤਾਂ ਸਾਡੇ ਨਾਲ ਮੇਲ ਨਹੀਂ ਖਾ ਸਕਦੀਆਂ, ਕਿਉਂਕਿ ਸਾਡੀ ਸਭ ਤੋਂ ਵੱਡੀ ਗੱਲ ਇਹਦੀ ਮਰਿਆਦਾ ਬਹੁਤ ਹੈ। ਜਦੋਂ ਅਸੀਂ ਮਰਿਆਦਾ ਤੋਂ ਥੋੜ੍ਹੇ ਥਿੜਕੇ ਹੈ, ਜਦੋਂ ਅਸੀਂ ਥੋੜ੍ਹਾ ਜਿਹਾ ਮਰਿਆਦਾ ਤੋਂ ਟੁੱਟੇ ਹੈ ਉਸ ਵੇਲੇ ਸਾਡਾ ਨੁਕਸਾਨ ਹੋਇਆ। ਜਦੋਂ ਅਸੀਂ ਸਿਧਾਂਤਾਂ ਤੋਂ ਥੋੜ੍ਹਾ ਜਿਹਾ ਦੂਰ ਹੋਏ ਹੈ ਉਸ ਵੇਲੇ ਸਾਡਾ ਨੁਕਸਾਨ ਹੋਇਆ। ਅੱਜ ਪਾਰਟੀ ਮਹਿਸੂਸ ਕਰਨ ਲੱਗੀ ਹੈ ਕਿ ਸੱਚਮੁੱਚ ਹੀ ਸਾਨੂੰ ਸਿਧਾਂਤਕ ਤੌਰ 'ਤੇ ਪਰਪੱਕਤਾ ਵੀ ਲੈਣੀ ਪਏਗੀ ਅਤੇ ਸਾਨੂੰ ਆਪਣੀ ਅਕਾਲੀ ਦਲ ਦੀ ਮਰਿਆਦਾ ਨੂੰ ਪੂਰਨ ਤੌਰ 'ਤੇ ਬਣਾਉਣਾ ਪਵੇਗਾ ਅਤੇ ਸੰਗਤਾਂ ਦਾ ਭਰੋਸਾ ਜਿਹੜਾ ਸਾਡੇ 'ਚੋਂ ਗੁਆਚਿਆ ਉਹਨੂੰ ਜਿੱਤਣਾ ਪਵੇਗਾ। ਘਰ ਵਾਪਸੀ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਅਕਾਲੀ ਦਲ ਦੁਬਾਰਾ ਜਿਹੜੀ ਹੈਗੀ ਆ ਉਹ ਰੀਬਿਲਟ ਹੋ ਰਹੀ ਹੈ? ਵੈਸੇ ਮੈਨੂੰ ਇਸ ਤਰ੍ਹਾਂ ਲੱਗਿਆ ਜੀ, ਕੱਲ੍ਹ ਦਾ ਜਦੋਂ ਇਹ ਸਾਡਾ ਇੱਥੇ ਐਪੀਸੋਡ ਹੋਇਆ, ਇਹ ਮਤਲਬ ਸਾਡੀ ਇੱਥੇ ਮਿਲਣੀ ਜਿਹੜੀ ਹੋਈ ਹੈ, ਤੁਹਾਡੀ ਪ੍ਰੋਗਰਾਮ ਹੋਇਆ, ਇਹਦੇ ਵਿੱਚ ਜਿੰਨੇ ਵਰਕਰ ਆਏ ਸੀਗੇ ਉਹ ਤਾਂ ਖੁਸ਼ ਹੈ ਹੀ ਆਏ ਸੀ। ਜਿਨ੍ਹਾਂ ਨੇ ਸਾਰੇ ਪ੍ਰੋਗਰਾਮ ਨੂੰ ਲਾਈਵ ਦੇਖਿਆ, ਮੈਨੂੰ ਲੱਗਦਾ ਕਿ ਕੱਲ੍ਹ ਦੋ ਤਕਰੀਬਨ 700-800 ਫੋਨ 'ਤੇ ਮੈਂ ਹੀ ਅਟੈਂਡ ਕਰ ਚੁੱਕੀ। ਕੋਈ ਮੈਸੇਜ ਪਾ ਰਿਹਾ, ਕੋਈ ਫੋਨ ਕਰ ਰਿਹਾ,
ਔਰ ਸਾਰੇ ਵਰਕਰ ਕਹਿ ਰਹੇ ਆ ਕਿ ਅੱਜ ਅਸੀਂ ਪੂਰੇ ਉਤਸ਼ਾਹ 'ਚ ਹੋ ਗਏ ਹਾਂ ਅਤੇ ਪੂਰੀ ਜਾਨ ਸਾਡੀ 'ਚ ਆ ਗਈ। ਜਦੋਂ ਵਰਕਰ ਉਤਸ਼ਾਹ 'ਚ ਹੋ ਜਾਣ ਨਾ, ਜਦੋਂ ਉਹਨਾਂ 'ਚ ਜਾਨ ਪੈ ਜਾਵੇ, ਜਦੋਂ ਖੁਸ਼ੀ ਦੀ ਲਹਿਰ ਫੈਲ ਜਾਵੇ, ਇਹਦਾ ਮਤਲਬ ਕਿ ਲੋਕਾਂ ਦੇ ਦਿਲਾਂ ਅੰਦਰ ਫਿਰ ਅਕਾਲੀ ਦਲ ਨੂੰ ਜੁੜਨ ਦਾ ਜਿਹੜਾ ਉਹ ਭਰੋਸਾ ਬਣ ਗਿਆ। ਉਹ ਇਹ ਮਹਿਸੂਸ ਕਰਦੇ ਆ ਕਿ ਇੱਕ ਲੀਡਰ ਨੂੰ ਕੋਈ ਫਰਕ ਨਹੀਂ ਪੈਂਦਾ, ਭਾਵੇਂ ਉਹ ਪ੍ਰਧਾਨ ਹੋਵੇ ਅਤੇ ਭਾਵੇਂ ਕੋਈ MLA ਹੋਵੇ ਅਤੇ ਭਾਵੇਂ ਕੋਈ ਵਰਕਰ ਹੋਵੇ, ਇੱਕ ਲੀਡਰ ਨੂੰ ਕੋਈ ਨਹੀਂ ਫਰਕ ਪੈਂਦਾ, ਜੇ ਉਹਦਾ ਨੁਕਸਾਨ ਵੀ ਹੋ ਜਾਵੇ ਤਾਂ ਦੂਰੀ ਵੀ ਬਣ ਜਾਵੇ। ਲੇਕਿਨ ਜੇ ਪਾਰਟੀ ਖਤਮ ਹੋ ਜਾਵੇ ਤਾਂ ਸਾਡਾ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੈ, ਕਿਉਂਕਿ ਖੇਤਰੀ ਪਾਰਟੀ ਨੂੰ ਅਤੇ ਇਸ ਪਾਰਟੀ ਨੂੰ ਖਾਸ ਕਰਕੇ ਪੰਜਾਬੀ ਇਹਨੂੰ ਮਾਂ ਪਾਰਟੀ ਕਹਿੰਦੇ ਜੀ। ਮਾਂ ਪਾਰਟੀ ਇਸ ਲਈ ਕਹਿੰਦੇ ਆ ਕਿ ਉਹ ਇਸ ਧਰਤੀ ਨਾਲ ਜੁੜੇ ਹੋਏ, ਇਕੱਲੇ ਤੇ ਇਕੱਲੇ ਇਸ ਧਰਤੀ ਨਾਲ ਜੁੜੇ ਹੋਏ। ਦੂਜੀਆਂ ਨੈਸ਼ਨਲ ਪਾਰਟੀਆਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਸਾਰੇ ਆਲੇ ਦੁਆਲੇ ਦੇ ਸਟੇਟਾਂ ਨਾਲ ਤਵੱਜੋ ਜੁੜੀ ਹੁੰਦੀ ਹੈ, ਅਤੇ ਉਹਨਾਂ ਨੇ ਜਦੋਂ ਕੋਈ ਇੱਥੇ ਦਾ ਭਲਾ ਦੇਖਣਾ ਜਾਂ ਇੱਥੇ ਦੀ ਲੋੜ ਨੂੰ ਪੂਰਾ ਕਰਨਾ, ਇੱਥੇ ਦਾ ਹਿੱਤ ਵੇਖਣਾ, ਉਹਨੇ ਨਾਲ ਦੇ ਗੁਆਂਢੀ ਸਟੇਟ ਦਾ ਵੀ ਦੇਖਣਾ ਅਤੇ ਬਾਕੀ ਸਟੇਟ ਦਾ ਵੀ ਦੇਖਣਾ। ਸੋ ਇਸ ਕਰਕੇ ਅੱਜ ਮੈਨੂੰ ਲੱਗਦਾ ਉਹਨਾਂ ਦੀ ਮਨ 'ਚ ਤਸੱਲੀ ਆਉਣ ਲੱਗ ਪਈ, ਉਹਨੂੰ ਸਮਝ ਲੱਗ ਗਈ ਹੈ ਜਿਹੜੇ ਕੋਈ ਗੁਬਰਾਹ ਹੋਏ ਸੀ ਕਿ ਦੂਜੇ ਪਾਸੇ ਵੀ ਜਿਹੜੀ ਵੋਟ ਪਾਉਣ ਦਾ ਕੋਈ ਬਹੁਤਾ ਵੱਡਾ ਲਾਭ ਨਹੀਂ ਹੋਇਆ, ਜੇ ਇੱਥੇ ਸੀ ਤਾਂ ਬਾਂਹ ਫੜ ਕੇ ਆਪਣੇ ਲੀਡਰ ਨੂੰ ਲੈ ਜਾਈਦਾ ਸੀਗਾ। ਔਰ ਇਹ ਲੋਕਾਂ 'ਚ ਪੱਕਾ ਵਿਸ਼ਵਾਸ ਹੈ ਕਿ ਇੰਨਾ ਤਾਂ ਉਹਨਾਂ ਨੂੰ ਹੈਗਾ ਕਿ ਅਕਾਲੀ ਲੀਡਰ ਦੇ ਘਰ ਅਸੀਂ ਖੁੱਲ੍ਹ ਕੇ ਜਾ ਸਕਦੇ ਹਾਂ, ਖੁੱਲ੍ਹ ਕੇ ਗੱਲਾਂ ਕਰ ਸਕਦੇ ਹਾਂ, ਔਰ ਕੋਲ ਬਹਿ ਕੇ ਟੈਲੀਫੋਨ ਕਰਾ ਸਕਦੇ ਹਾਂ ਅਤੇ ਆਪਣੇ ਹੱਕ ਦੀ ਗੱਲ ਕਰ ਸਕਦੇ ਹਾਂ, ਇਨਸਾਫ ਮੰਗ ਸਕਦੇ ਹਾਂ। ਇਹ ਹਰ ਵਰਕਰ ਦੇ ਮਨ 'ਚ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਹੁੰਦੇ ਹੈ ਉਹਨਾਂ ਨੂੰ ਮਿਲਣ ਵਾਸਤੇ ਕੋਈ ਬਹੁਤੀਆਂ ਸਿਫਾਰਿਸ਼ਾਂ ਦੀ ਲੋੜ ਨਹੀਂ, ਸਿੱਧਾ ਘਰ ਜਾਓ, ਸਿੱਧੇ ਜਾ ਕੇ ਉਹਨਾਂ ਨਾਲ ਗੱਲ ਕਰੋ, ਔਰ ਕੋਲ ਬੈਠ ਕੇ, ਤੁਸੀਂ ਹੈਰਾਨ ਹੋਵੋਗੇ, ਕੋਲ ਬੈਠ ਕੇ ਆਪਣਾ ਦੁੱਖ ਦੱਸ ਕੇ ਉਸੇ ਵੇਲੇ ਅਫਸਰ ਨੂੰ ਟੈਲੀਫੋਨ ਕਰਾਉਣਗੇ, ਕੰਸਰਨ ਨੂੰ ਅਤੇ ਨਾਲ ਦੇ ਮੰਤਰੀਆਂ ਨੂੰ, ਕਿਉਂਕਿ ਉਹਨਾਂ ਦਾ ਇਕੱਲਾ ਘਰ ਜੋ ਆ। ਸੋ ਇਸ ਕਰਕੇ ਇਹ ਅਪੜੱਤ ਉਹਨਾਂ ਦੀ ਬਹੁਤ ਹੈ। ਅੱਛਾ, ਤੁਸੀਂ ਘਰ ਵਾਪਸੀ ਕੀਤੀ, ਖੁਸ਼ ਵੀ ਬੜੇ ਹੋਏ ਹੋਣਗੇ ਤੁਹਾਡੇ ਨਾਲ, ਜੋ ਸਮਰਥਨ ਤੁਹਾਡੇ ਜਦੋਂ ਤੁਸੀਂ ਲਿਫਾਫਾ ਕਲਚਰ ਦਾ ਵਿਰੋਧ ਕੀਤਾ ਉਦੋਂ ਤੁਹਾਡਾ ਸਮਰਥਨ ਕਾਫੀਆਂ ਨੇ ਦਿੱਤਾ, ਕਈਆਂ ਨੇ ਵੋਟਾਂ ਵੀ ਪਾਈਆਂ ਸੀਗੀਆਂ ਜਦੋਂ ਚੋਣਾਂ ਹੋਈਆਂ ਸੀਗੀਆਂ। ਖੁਸ਼ ਵੀ ਬੜੇ ਹੋਏ ਹੋਣਗੇ ਅਤੇ ਨਾਰਾਜ਼ ਵੀ ਬੜੇ ਹੋਏ ਹੋਣਗੇ, ਕੌਣ ਖੁਸ਼ ਸੀ ਅਤੇ ਕੌਣ ਨਾਰਾਜ਼ ਸੀ? ਮੇਰੇ ਕੋਲ ਦੇਖੋ ਗੱਲ ਇਹ ਹੈ, ਸਾਰੀ ਦੁਨੀਆ 'ਤੇ 100% ਖੁਸ਼ ਨਹੀਂ ਹੋਏਗੀ, ਕਈਆਂ ਨੂੰ ਇਸ ਗੱਲ ਦਾ ਵੀ ਤਕਲੀਫ ਹੋਏਗੀ ਕਿ ਅੱਜ ਉਹ ਪਾਰਟੀ ਜਿਹਨੂੰ ਅਸੀਂ ਸਮਝੇ ਮਰ ਗਈ ਹੈ ਜਾਂ ਖਤਮ ਹੋ ਗਈ ਹੈ ਜੀ, ਜੀਰੋ 'ਤੇ ਆ ਗਈ ਹੈ ਜੀ, ਉਹਦੇ 'ਚ ਜਾਨ ਪੈ ਗਈ ਤਾਂ ਸਾਡਾ ਨੁਕਸਾਨ ਹੋ ਜਾਏਗਾ, ਕਈਆਂ ਨੂੰ ਇਹ ਵੀ ਗੱਲ ਹੋਏਗੀ। ਵਿਰੋਧੀ ਪਾਰਟੀਆਂ ਨੇ ਸਾਰਾ ਕੁਝ ਦੇਖਣਾ ਹੁੰਦਾ, ਜਿਹੜੀ ਆਪਣੀ ਪਾਰਟੀ ਹੈ ਜੀ, ਨਾਰਾਜ਼ਗੀ ਕਿਸੇ ਨੂੰ ਨਹੀਂ ਹੁੰਦੀ, ਜਿਹੜੇ ਸੱਚਮੁੱਚ ਸਿੱਖ ਸੋਚ ਰੱਖਦੇ ਹੈ, ਜਿਹੜੇ ਸੱਚਮੁੱਚ ਪੰਜਾਬ ਦੀ ਧਰਤੀ ਨਾਲ ਪਿਆਰ ਕਰਦੇ ਹੈ, ਪੰਜਾਬ ਦੇ ਲੋਕਾਂ ਨਾਲ ਪਿਆਰ ਕਰਦੇ ਹੈ, ਉਹ ਖੁਸ਼ ਹੈ, ਬਹੁਤ ਬਾਗੋ ਬਾਗ ਹੈ ਕਿ ਸਾਡੀ ਅੱਜ ਜਿਹੜੀ ਸੋਚ ਬੀਬੀ ਜੀ ਲੈ ਕੇ ਚੱਲੇ ਸੀ ਉਸ ਸੋਚ ਦੀ ਪਹਿਰੇਦਾਰੀ ਕਰਕੇ ਜ਼ਰੂਰ ਇੱਥੇ ਜਿਹੜੀਆਂ ਕੋਈ ਕਮੀਆਂ ਆਈਆਂ ਉਹ ਸੁਧਾਰ ਵੀ ਕਰਾਉਣਗੇ, ਅਤੇ ਉਹ ਸੁਧਾਰਾਂ ਤੋਂ ਬਾਅਦ ਅਸੀਂ ਤਕੜੇ ਵੀ ਹੋਵਾਂਗੇ। ਔਰ ਮੈਂ ਵਿਸ਼ਵਾਸ ਵੀ ਦੁਆਉਂਦੀ ਹਾਂ ਵੀ ਤੁਸੀਂ ਫਿਕਰ ਨਾ ਕਰੋ, ਜਿਹੜੀਆਂ ਗੱਲਾਂ ਮੇਰੇ ਮਨ 'ਚ ਆਉਂਦੀਆਂ ਉਹ ਮੇਰੀਆਂ ਗੱਲਾਂ ਨਹੀਂ ਹੈ, ਉਹ ਪੰਜਾਬ ਦੇ ਲੋਕਾਂ ਦੀਆਂ ਗੱਲਾਂ ਨੇ, ਉਹ ਕੌਮ ਦੀ ਆਵਾਜ਼ ਹੈ, ਉਹ ਪੰਜਾਬ ਦਾ ਦਰਦ ਹੈ, ਉਹ ਸਾਡੇ ਸਿੱਖ ਪੰਥ ਦਾ ਦਰਦ ਹੈ, ਉਹ ਸਾਰੀਆਂ ਗੱਲਾਂ ਜਿਹੜੀਆਂ ਕਮਜ਼ੋਰੀਆਂ ਆਈਆਂ ਸੀ ਉਹਨਾਂ ਨੂੰ ਪੂਰਾ ਕਰਨ ਵਾਸਤੇ ਮੈਂ ਦਿਨ ਰਾਤ ਉਸੇ ਤਰ੍ਹਾਂ ਡੈਡੀਕੇਸ਼ਨ ਦੇ ਨਾਲ ਵੀ ਤੁਰਾਂਗੀ ਅਤੇ ਸੰਸੀਅਰਲੀ ਉਹਦੇ ਉੱਤੇ ਪਹਿਰੇਦਾਰੀ ਕਰਕੇ ਸਿਧਾਂਤਕ ਤੌਰ ਦੇ ਉੱਤੇ ਤੁਹਾਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਂਗੀ। ਔਰ ਬਹੁਤ ਸਾਰੇ ਲੋਕਾਂ ਨੂੰ ਆਸਾਂ ਵੀ ਭੱਜੀਆਂ, ਉਹ ਕਹਿਣ ਲੱਗੇ ਕਿ ਪਲੈਟਫਾਰਮ ਜਿਹੜਾ ਹੈ ਸਾਡਾ ਬੜਾ ਵੱਡਾ, ਇਸ ਪਲੈਟਫਾਰਮ ਵਿੱਚ ਰਹਿ ਕੇ ਅਸੀਂ ਸਾਰੀਆਂ ਗੱਲਾਂ ਕਰ ਸਕਦੇ, ਔਰ ਮੈਨੂੰ ਵੀ ਪਤਾ ਸੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਪਲੈਟਫਾਰਮ ਤੋਂ ਹੀ ਸਾਰੇ ਸੁਧਾਰ ਕੀਤੇ ਜਾ ਸਕਦੇ ਹੈ, ਵੱਖਰੇ ਹੋ ਕੇ ਕਰਨਾ ਬੜਾ ਔਖਾ ਹੁੰਦਾ, ਇਸੇ ਕਰਕੇ ਤਾਂ ਮੈਂ ਕਿਸੇ ਪਾਰਟੀ 'ਚ ਨਹੀਂ ਗਈ, ਇਸੇ ਕਰਕੇ ਤਾਂ ਮੈਂ ਕਿਸੇ ਵਿਅੰਗ 'ਚ ਨਹੀਂ ਗਈ, ਇਸੇ ਕਰਕੇ ਤਾਂ ਮੈਂ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਹੀ ਸਮਝਿਆ, ਔਰ ਇੱਕ ਇੱਕ ਵਰਕਰ ਨੂੰ ਮਿਲਦੀ ਰਹੀ, ਇੱਕ ਇੱਕ ਲੀਡਰ ਨੂੰ ਮਿਲਦੀ ਰਹੀ। ਮੇਰਾ ਖਿਆਲ ਹੈ ਕਿ ਮੈਂ ਹਫ਼ਤੇ 'ਚ ਇੱਕ
ਇੱਕ ਦੋ ਲੀਡਰਸ ਨਾਲ ਮੀਟਿੰਗਾਂ ਕਰਦੀ ਰਹਿੰਦੀ ਸੀ। ਇਹ ਦੁੱਖ ਉਦੋਂ ਹੀ ਕਦੋਂ ਜਿਹੜਾ ਹੈਗਾ ਪੰਥਕ ਦਾ ਦੁੱਖ ਉਦੋਂ ਹੀ ਕਦੋਂ ਜਾਣਨਾ ਹੁਣ ਸ਼ੁਰੂ ਕੀਤਾ ਜਦੋਂ ਇਲੈਕਸ਼ਨ ਆ ਗਏ ਤੁਹਾਡੇ ਕੋਲ ਉਦੋਂ ਹੀ ਕਦੋਂ ਆਏ ਜਦੋਂ ਇਲੈਕਸ਼ਨ ਦਾ ਸਮਾਂ ਆਇਆ ਤੁਹਾਨੂੰ ਜੁਆਇਨ ਕਰੋ ਤੁਹਾਨੂੰ ਉਹ ਤਾਂ 1.5 ਸਾਲ 'ਚ ਪਛਤਾਵੇ 'ਚ ਸੀ ਐਵੇਂ ਮੈਂ ਝੂਠ ਬੋਲ ਕੋਲ ਆਈ ਤੁਹਾਨੂੰ 1.5 ਸਾਲ ਦੀ ਬੜੀ ਬੜੀ ਜੀ ਸਾਡੇ ਸਾਰੇ ਲੀਡਰ 1.5 ਸਾਲ ਤੋਂ ਹੀ ਮੇਰੇ ਨਾਲ ਸੰਪਰਕ 'ਚ ਹੈ। ਬਾਦਲ ਸਾਹਿਬ ਵੀ ਤਕਰੀਬਨ ਅੱਜ ਤੋਂ ਸਾਲ ਪਹਿਲਾਂ ਤੋਂ ਲੈ ਕੇ ਉਹਨਾਂ ਨੇ 5-6 ਫੋਨ ਮੈਨੂੰ ਕਰ ਦਿੱਤੇ। ਜਦ ਫੋਨ ਤੁਹਾਨੂੰ ਇੰਨੇ ਸਾਰੇ ਆ ਗਏ ਸੀ ਉਹਨਾਂ ਨੇ ਫਿਰ ਤੁਹਾਨੂੰ ਭੇਜਿਆ ਹੀ ਕਦੋਂ? ਆਉਂਦੇ ਸੀ ਔਰ ਮੈਨੂੰ ਉਹ ਕਹਿੰਦੇ ਵੀ ਸੀਗੇ, ਸਾਰੇ ਵਰਕਰ ਵੀ ਕਹਿੰਦੇ ਸੀ, ਲੀਡਰ ਵੀ ਕਹਿੰਦੇ ਸੀ, ਜਿੱਥੇ ਮੈਂ ਜਾਂਦੀ ਸਾਰੇ ਦੁੱਖਾਂ ਸੁੱਖਾਂ 'ਚ ਜਾਂਦੀ ਰਹੀ, ਸਾਰਿਆਂ ਦੀ ਖੁਸ਼ੀ ਗਮੀ 'ਚ ਜਾਂਦੀ ਰਹੀ ਹੈ। ਔਰ ਬਾਦਲ ਸਾਹਿਬ ਵੀ ਜਦੋਂ ਮੈਂ ਦੇਖੋ ਬਾਹਰ ਕੱਢਿਆ ਸੀ, ਬਾਦਲ ਸਾਹਿਬ ਦੀ ਡੈਥ ਹੋਈ ਹੈ ਮੈਂ ਉੱਥੇ ਵੀ ਗਈ ਹਾਂ, ਸੰਸਕਾਰ 'ਤੇ ਵੀ ਗਈ ਹੈ। ਕੋਈ ਨਿੱਜੀ ਦੁਸ਼ਮਣੀ ਥੋੜ੍ਹਾ ਮੇਰੀ, ਕਈ ਵਾਰੀ ਅਸੀਂ ਪ੍ਰੋਗਰਾਮਾਂ 'ਚ ਇਕੱਠੇ ਵੀ ਹੁੰਦੇ ਰਹੇ ਹਾਂ, ਫਤਿਹ ਵੀ ਬੁਲਾਉਂਦੇ ਰਹੇ ਹਾਂ, ਠੀਕ ਠਾਕ ਵੀ ਪੁੱਛਦੇ ਰਹੇ ਹਾਂ। ਕੋਈ ਦੇਖੋ ਮੇਰੀ ਨਿੱਜੀ ਦੁਸ਼ਮਣੀ ਹੈ ਹੀ ਨਹੀਂ, ਸਾਰੇ ਲੀਡਰ ਭਾਵੇਂ ਕਿਸੇ ਪਾਰਟੀ ਦੇ ਹੋਣ ਮੈਂ ਉਹਨਾਂ ਸਭ ਦਾ ਸਤਿਕਾਰ ਕਰਦੀ। ਕਈ ਲੀਡਰ ਉਹ ਵੀ ਮੇਰਾ ਕਰਦੇ, ਚਲੋ ਈਰਖਾ 'ਚ ਅਸੀਂ 100 ਕੁਝ ਵੀ ਕਹਿ ਸਕਦੇ ਹਾਂ, ਪਰ ਮੈਨੂੰ ਲੱਗਦਾ ਕਿ ਮੇਰੀ ਨਿੱਜੀ ਤੌਰ ਦੇ ਉੱਤੇ ਕਿਸੇ ਨਾਲ ਕੋਈ ਈਰਖਾ ਦੁਸ਼ਮਣੀ ਨਹੀਂ। ਕਈ ਲੀਡਰ ਕਹਿੰਦੇ ਪਏ ਨੇ ਕਿ ਬੀਬੀ ਜਗੀਰ ਕੌਰ ਹੋਰਾਂ ਨੂੰ ਸਿਆਸਤ ਹੁਣ ਲੱਗਦਾ ਹੈ ਕਿ ਆਉਣਾ ਪਏਗਾ, ਇਹਨਾਂ ਨੂੰ ਟਿਕਟ ਚਾਹੀਦੀ ਹੈਗੀ ਜਾਂ ਫਿਰ ਕੋਈ ਹੁਣ ਸਿਆਸੀ ਲਾਹਾ ਚਾਹੀਦਾ ਜਿਸ ਕਾਰਨ ਘਰ ਵਾਪਸੀ ਹੋਈ? ਨਹੀਂ, ਟਿਕਟ ਤਾਂ ਮੇਰੀ ਇੱਥੋਂ ਜੋ ਕੱਟ ਦੇਣਗੇ ਮੈਂ ਫਿਰ ਦੱਸਾਂਗੀ ਨਾ ਕਿ ਮੈਨੂੰ ਉਹਨਾਂ ਵਿਧਾਨ ਸਭਾ ਨਹੀਂ ਲੜਾਉਣੀ, ਨਹੀਂ ਲੜਾਉਣਗੇ ਉਸ ਵੇਲੇ ਮੈਂ ਕਰਾਂਗੇ, ਮੈਨੂੰ ਉਸ ਵੇਲੇ ਗੱਲ ਕਹਿਣ ਨਾ, ਮੈਂ ਕਿਸੇ ਮੇਰੀ ਕੱਟਣਗੇ, ਮੈਂ ਦੂਜੀ ਪਾਰਟੀ ਜਾਵਾਂਗੀ, ਫਿਰ ਕਹਿਣਗੇ ਕਿ ਲਾਲਚਾਂ ਦੀ ਟਿਕਟਾਂ ਦੀ ਲਾਲਚ ਕਰਦੀ ਹੈ ਚਾਹੇ ਇੱਥੇ ਨਾ। ਦੇਖੋ ਪਾਰਲੀਮੈਂਟ ਦੀ ਚੋਣ ਮੈਂ ਤਾਂ ਸੱਚੀ ਗੱਲ ਦੱਸਿਆ ਜੀ, ਮੇਰਾ ਆਪਣੀ ਇੱਛਾ ਹੈ ਨਹੀਂ, ਕਦੀ ਵੀ ਨਹੀਂ ਰਹੀ। ਪਿਛਲੀ ਵਾਰੀ ਵੀ ਮੈਨੂੰ ਜ਼ਬਰਦਸਤੀ ਉਹਨਾਂ ਨੇ ਲੜਾਈ ਸੀ, ਮੈਂ ਨਹੀਂ ਸੀ ਲੜਨਾ ਚਾਹੁੰਦੀ ਕਿਉਂਕਿ ਆਪਣਾ ਆਪਣਾ ਦਾਇਰਾ ਹੁੰਦਾ ਜੀ। ਬਿਲਕੁਲ, ਮੈਂ ਪੰਜਾਬ ਦੇ ਕਲਚਰ ਨਾਲ ਜੁੜੀ ਹੋਈ ਹੈ, ਪੰਜਾਬ ਦੀ ਧਰਤੀ ਨਾਲ ਜੁੜੀ ਹੋਈ ਹੈ, ਪੰਜਾਬ ਦੇ ਲੋਕਾਂ ਨਾਲ ਮੇਰਾ ਪਿਆਰ ਹੈ, ਅਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਵੀ ਮੈਨੂੰ ਪਿਆਰ ਕਰਦੇ ਆ ਸਾਰੇ, ਉੱਦਾਂ ਤਾਂ ਸਾਰੇ ਦੇਸ਼ ਵਿੱਚ ਵੀ ਕਿਤੇ ਚੱਲ ਜਾਈਏ ਸਤਿਕਾਰ ਕਰਦੇ ਆ, ਵਰਲਡ ਵਿੱਚ ਵੀ ਮੇਰਾ ਬਾਬਾ ਜੀ ਬਾਬਾ ਪ੍ਰੇਮ ਸਿੰਘ ਜੀ ਕਰਕੇ ਬੜਾ ਵੱਡਾ ਸਥਾਨ ਹੈ। ਕੁਝ ਮੈਂ ਪ੍ਰੈਜੀਡੈਂਟ ਰਹੀ ਹਾਂ SCPC ਦੀ, ਸਾਰੇ ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਹੈ, ਭਾਵੇਂ ਉਹ ਹਿੰਦੂ ਹੈ, ਭਾਵੇਂ ਕੋਈ ਕਿਸੇ ਵੀ ਧਰਮ ਦੇ ਲੋਕ ਹੈ, ਹਰ ਇੱਕ ਮੇਰਾ ਸਤਿਕਾਰ ਕਰਦੇ ਆ, ਇਹ 'ਚ ਕੋਈ ਸ਼ੱਕ ਨਹੀਂ। ਪਰ ਗੱਲ ਇਹ ਹੈਗੀ ਹੈ ਕਿ ਚੋਣਾਂ ਲੜਨ ਦਾ ਕੋਈ ਸੀਮਤ ਦਾਇਰਾ ਹੁੰਦਾ ਹਰ ਬੰਦੇ ਦਾ, ਅਤੇ ਜੇ ਪਾਰਟੀ ਹੁਕਮ ਲਾ ਦੇ ਉਹ ਤਾਂ ਫਿਰ ਕਰਨਾ ਹੀ ਪੈਂਦਾ, ਪਰ ਮੈਨੂੰ ਨਹੀਂ ਲੱਗਦਾ ਕਿ ਪਾਰਟੀ ਨੇ ਕੋਈ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਜੇਕਰ ਤੁਹਾਨੂੰ ਆਵੇ, ਜੇਕਰ ਆਪਾਂ ਤਾਂ ਕਰੀਏ ਜੇ ਉਹ ਮੈਨੂੰ ਕਹਿੰਦੇ ਹੋਣ ਤਾਂ, ਜੇਕਰ ਕਹਿ ਦੇਣ, ਜੇਕਰ ਕਹਿ ਦੇਣ ਨਹੀਂ ਮੈਨੂੰ ਕਿਹਾ ਨਹੀਂ ਜੀ, ਜਦੋਂ ਕਹਿਣਗੇ ਫਿਰ ਮੈਂ ਉਹਨਾਂ ਨਾਲ ਡਿਸਕਸ ਕਰ ਲਾਂਗੇ। ਅੱਛਾ, BJP ਅਤੇ ਅਕਾਲੀ ਦਲ ਦਾ ਗੱਠਜੋੜ ਦੀਆਂ ਕਾਫੀ ਚਰਚਾਵਾਂ ਚੱਲ ਰਹੀਆਂ ਨੇ, ਕਈ ਚੈਨਲਾਂ ਨੇ ਤਾਂ ਚਲਾ ਦਿੱਤਾ ਹੈ ਕਿ 9 ਤਰੀਕ ਨੂੰ ਜਿਹੜੀ ਆ ਉਹ ਗਠਬੰਧਨ ਹੋ ਜਾਵੇਗਾ ਅਤੇ ਟਿਕਟਾਂ ਜਿਹੜੀਆਂ ਨੇ ਉਹ ਅਨਾਊਂਸ ਹੋਣਗੀਆਂ। ਕੀ ਤੁਹਾਨੂੰ ਲੱਗਦਾ ਕਿ BJP ਅਕਾਲੀ ਦਲ ਦਾ ਗਠਬੰਧਨ ਹੋਵੇਗਾ, ਜੇ ਹੋਵੇਗਾ ਤਾਂ ਕਿਹੋ ਜਿਹਾ ਹੋਵੇਗਾ? ਦੇਖੋ, ਪਹਿਲਾਂ ਤਾਂ ਮੈਂ ਇਹ ਸਮਝਦੀ ਹਾਂ ਕਿ ਗਠਬੰਧਨ ਕਰਨ ਵਾਸਤੇ ਪਹਿਲਾਂ ਸਾਡੀਆਂ ਜਿਹੜੀਆਂ ਮੁਸ਼ਕਲਾਂ ਨਾ, ਪੰਥਕ ਸਾਡੇ ਹਿੱਤ ਅਤੇ ਪੰਜਾਬ ਦੇ ਹਿੱਤ ਬਹੁਤ ਸਾਰੇ ਆ ਜਿਹੜੇ ਲਗਾਤਾਰ ਪੈਂਡਿੰਗ ਚੱਲਦੇ ਆ ਰਹੇ ਆ, ਉਹਨਾਂ ਸਾਰੀਆਂ ਗੱਲਾਂ ਨਾਲ ਉਹਨਾਂ ਨੂੰ ਡਿਸਕਸ ਕਰ ਲੈਣਾ ਚਾਹੀਦਾ, ਤਾਂ ਜੋ ਉਹਨਾਂ 'ਚੋਂ ਕੁਝ ਨਾ ਕੁਝ ਤਾਂ ਉਹ ਸਵੀਕਾਰ ਕਰਨ ਕਿ ਅਸੀਂ ਇਹਨਾਂ ਨੂੰ ਠੀਕ ਕਰ ਦੇਵਾਂਗੇ। ਕੁਝ ਤਾਂ ਹੁਣ ਵੀ ਹੋ ਸਕਦੇ ਆ, ਕੋਈ ਐਸੀ ਗੱਲ ਨਹੀਂ ਹੈ, ਜਿੱਦਾਂ ਬੰਦੀ ਸਿੱਖਾਂ ਦਾ ਮੁੱਦਾ ਹੈ, ਉਹ ਜੇਲ੍ਹਾਂ 'ਚ ਸਜ਼ਾਵਾਂ ਪੂਰੀਆਂ ਕਰਕੇ ਵਾਧੂ ਬੈਠੇ ਹੋਏ ਆ, ਅਤੇ ਉਹ ਚਾਹੁਣ ਤਾਂ ਉਹਨਾਂ ਨੂੰ ਉੱਥੋਂ ਛੁੱਟੀ ਦੇ ਸਕਦੇ ਆ। ਇਸੇ ਤਰ੍ਹਾਂ ਜਿਹੜੇ ਸਾਡੇ ਕੁਝ ਸਿੰਘ ਨੇ ਉਹ ਡਿਬਰੂਗੜ੍ਹ ਬੈਠੇ ਹੋਏ ਆ, ਉਹਨਾਂ ਨੂੰ ਲਿਜਾਉਣ ਤਾਂ ਇੱਥੇ ਲਾਗੇ ਦੀ ਜੇਲ੍ਹਾਂ ਵਿੱਚ ਲਿਆ ਸਕਦਾ, NSA ਨਹੀਂ ਟੁੱਟ ਸਕਦੀ ਮੰਨ ਲਓ, ਅਤੇ ਇੱਥੇ ਨੇੜੇ ਲਿਆ ਜਾ ਸਕਦਾ। ਇਸੇ ਤਰ੍ਹਾਂ ਕੁਝ ਐਸੀਆਂ ਗੱਲਾਂ ਨੇ ਜਿਹੜੀਆਂ ਇਮੀਡੀਏਟ ਕੀਤੀਆਂ ਜਾ ਸਕਦੀਆਂ, ਅਤੇ ਕੁਝ ਗੱਲਾਂ ਹੁੰਦੀਆਂ ਹੁੰਦਾ ਉਹਨਾਂ ਨੂੰ ਵਿਸ਼ਵਾਸ ਦਿਵਾ ਦੇਣਾ ਚਾਹੀਦਾ ਕਿ ਅਸੀਂ ਵਾਹਿਗੁਰੂ ਕਿਰਪਾ ਕਰੇਗਾ, ਜੇ ਅਸੀਂ ਪਿੱਛੇ ਨਹੀਂ ਕਰ ਸਕੇ ਤਾਂ ਆਉਣ ਵਾਲੇ ਸਮੇਂ 'ਚ ਜ਼ਰੂਰ ਕਰਾਂਗੇ। ਸੋ ਇਹ ਗੱਲਾਂ ਜਿਹੜੀਆਂ ਇਹ ਥੋੜ੍ਹਾ ਜਿਹਾ ਇਹਨਾਂ ਨੂੰ ਡਿਸਕਸ ਕਰਕੇ ਹੀ ਸਮਝੌਤਾ ਕਰਨਾ ਚਾਹੀਦਾ, ਤਾਂ ਜੋ ਲੋਕਾਂ ਦਾ ਵਿਸ਼ਵਾਸ ਹੋਣ। ਕਿਸਾਨ ਮੋਰਚਾ ਲੱਗਾ ਹੋਇਆ, ਬਿਲਕੁਲ, ਹੁਣ ਕਿਸਾਨਾਂ ਦੇ ਹਿੱਤ ਵੀ ਦੇਖਣੇ ਪੈਣਗੇ, ਜਿੰਨੇ ਕੋਈ ਹਿੱਤ ਪੂਰੇ ਕਰ ਸਕਦੇ ਉਹਨਾਂ ਨੂੰ ਜ਼ਰੂਰ ਕਰਨੇ ਚਾਹੀਦੇ।
ਤਾਂ ਜੋ ਜਦੋਂ ਵਿਸ਼ਵਾਸ ਦੇ ਕੇ ਤੋਰੇ ਸੀ ਉਹਨਾਂ ਨੂੰ ਉੱਥੋਂ ਸਿੰਘੂ ਬਾਰਡਰ ਤੋਂ, ਅਤੇ ਉਸ ਵੇਲੇ ਕੁਝ ਨਾ ਕੁਝ ਤਾਂ ਕਿਹਾ ਸੀ ਨਾ, ਜਿਹੜੀਆਂ ਉਸ ਵੇਲੇ ਗੱਲਾਂ ਕੀਤੀਆਂ ਸੀ ਪੂਰੀਆਂ ਕਰ ਦੇਣ, ਤਾਂ ਜੋ ਲੋਕਾਂ ਦਾ ਵਿਸ਼ਵਾਸ ਕੋਈ ਬਣ ਸਕੇ। ਅਤੇ ਜੇ ਵਿਸ਼ਵਾਸ ਨਾਲ ਲੋਕਾਂ ਦਾ ਜਿੱਤਿਆ ਤਾਂ ਨਾ ਉਸ ਪਾਰਟੀ ਨੂੰ ਵੋਟ ਪੈ ਸਕਣੀ ਹੈ ਅਤੇ ਨਾ ਇਸ ਪਾਰਟੀ ਨੂੰ ਪੈ ਸਕਣੀ ਹੈ। ਇਹ ਮਤ ਸੋਚੀਏ ਵੀ ਅਲਾਇੰਸ ਹੋ ਜਾਏਗਾ ਅਤੇ ਵੋਟਾਂ ਪੈ ਜਾਣਗੀਆਂ। ਲੋਕਾਂ ਨੂੰ ਤਾਂ ਕੰਮ ਚਾਹੀਦੇ ਹੈ ਜੀ, ਲੋਕਾਂ ਨੂੰ ਤਾਂ ਭਰੋਸਾ ਚਾਹੀਦਾ ਕਿ ਅੱਗੋਂ ਕੀ ਬਣੇਗਾ। ਹੁਣ ਬੀਬੀ ਜਗੀਰ ਕੌਰ ਹੋਰੀ ਕਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਪ੍ਰਚਾਰ ਕਰਨਗੇ, ਕਦੋਂ ਤੋਂ ਸੁਖਬੀਰ ਬਾਦਲ ਹੋਰਾਂ ਦੇ ਨਾਲ ਤੁਰਨਗੇ? ਮੈਂ ਤਾਂ ਅੱਜ ਵੀ ਕਰਕੇ ਆਈ ਜੀ ਦੋ ਪ੍ਰੋਗਰਾਮਾਂ 'ਚ, ਮੈਂ ਘਰ ਬੈਠੀ ਵੀ ਕਰੀ ਜਾਂਦੀ ਹਾਂ, ਇਹਦੇ 'ਚ ਵੀ ਪ੍ਰਚਾਰ ਹੀ ਹੋ ਰਿਹਾ ਜਿਹੜਾ ਮੈਂ ਤੁਹਾਡੇ ਦੇ ਕੋਲ ਬੋਲ ਰਹੀ ਹਾਂ। ਇਹਦੇ 'ਚ ਵੀ ਪੰਥ ਦੀਆਂ ਗੱਲਾਂ ਹੋ ਰਹੀਆਂ, ਤੁਸੀਂ ਅਕਾਲੀ ਦਲ ਦੀਆਂ ਗੱਲਾਂ ਹੋ ਰਹੀਆਂ। ਕੱਲ੍ਹ ਤੁਹਾਡੀ ਘਰ ਵਾਪਸੀ ਤੋਂ ਬਾਅਦ ਜਦੋਂ ਜੁਆਇਨਿੰਗ ਹੋਈ ਉਦੋਂ ਤੁਸੀਂ ਨਹੀਂ ਪਹੁੰਚੇ? ਕਿੱਥੇ ਜੀ? ਜਿੱਥੇ ਇਹ ਜੁਆਇਨਿੰਗ ਹੋਈ ਹੈਗੀ ਹੈ, ਤਾਕੜ ਅਫਸਰ ਹੋਰਾਂ ਦੀ ਕਹਿੰਦੇ ਪਏ ਨੇ ਜੁਆਇਨਿੰਗ ਹੋਈ। ਮੇਰੇ ਘਰ 'ਚ ਫੰਕਸ਼ਨ ਹੋ ਰਿਹਾ ਸੀਗਾ ਜੀ, ਇੱਥੇ ਤਾਂ ਹਜ਼ਾਰਾਂ ਲੋਕ ਆਏ ਸੀਗੇ, ਉੱਥੇ ਮੈਂ ਕੀ ਕਰਨ ਦੇਣੇ, ਨਾਲੇ ਜੁਆਇਨਿੰਗ ਕਰਾਉਣੀ ਇਕੱਲੇ ਸਾਰੇ ਟੱਬਰ ਨਾਲ ਥੋੜ੍ਹਾ ਕਰਾਉਣੀ ਹੁੰਦੀ ਹੈ, ਕੋਈ ਹੁਣ ਮੇਰੇ ਕੋਲ ਇੱਥੇ ਆ ਕੇ ਜੁਆਇਨ ਕਰੇਗਾ ਤਾਂ ਇੱਥੇ ਬਾਦਲ ਸਾਹਿਬ ਨੂੰ ਨਹੀਂ ਨਾ ਬੁਲਾਉਂਗੀ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਮੈਂ ਹਰ ਸਟੇਜ ਦੇ ਉੱਤੇ ਬਾਦਲ ਸਾਹਿਬ ਨਾਲ ਬੈਠਣਾ। ਮੈਂ ਤਾਂ ਕਹਿੰਦੀ ਸਾਰਿਆਂ ਨੂੰ ਇੱਕ ਥਾਂ 'ਤੇ ਬੈਠਣਾ ਨਹੀਂ ਚਾਹੀਦਾ, ਸਾਰਿਆਂ ਦੀ ਵੱਖ ਵੱਖ ਥਾਵਾਂ ਦੇ ਉੱਤੇ ਉਹਨੂੰ ਕੰਮ ਕਰਨਾ ਚਾਹੀਦਾ। ਜੇ ਪਾਰਟੀ ਨੇ ਮਜ਼ਬੂਤ ਕਰਨਾ ਹੈ ਤਾਂ ਇੱਕੋ ਥਾਂ ਦੇ ਉੱਤੇ ਕੋਈ 50 ਲੀਡਰ ਬੈਠ ਜਾਣ ਉਹਦਾ ਕੀ ਫਾਇਦਾ, ਜੇ 50 ਥਾਵਾਂ ਦੇ ਉੱਤੇ ਜਾ ਕੇ ਜੇ ਕੰਮ ਕਰਨਗੇ ਉਹਦਾ ਜ਼ਿਆਦਾ ਫਾਇਦਾ। ਬਿਲਕੁਲ, ਆਖਰੀ ਪ੍ਰਸ਼ਨ ਹੈ ਮੇਰਾ, ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੀ ਹਾਲਤ ਦੇਖੋ, ਲੋਕਾਂ ਦੀਆਂ ਨਜ਼ਰਾਂ ਵਿੱਚ ਤਾਂ ਅਜੇ ਤੱਕ ਕੋਈ ਸੰਤੁਸ਼ਟੀਜਨਕ ਨਹੀਂ, ਅਸ਼ਾਂਤ ਹੀ ਹੈ। ਅਜੇ ਤੱਕ ਜਿਹੜੇ ਸੁਪਨੇ ਦਿਖਾਏ ਗਏ ਸੀਗੇ ਕਿ ਅਸੀਂ ਮਹੀਨਿਆਂ 'ਚ ਕਰ ਦਿਆਂਗੇ, ਮੈਨੂੰ ਲੱਗਦਾ ਕਿ ਉਦੋਂ ਐਵੇਂ ਕਾਹਲੀ ਵਿੱਚ ਹੀ ਫੈਸਲੇ ਕਰ ਦਿੱਤੇ ਗਏ ਅਤੇ ਕਾਹਲੀ ਵਿੱਚ ਹੀ ਐਲਾਨ ਕਰ ਦਿੱਤੇ ਗਏ ਅਤੇ ਕੇਵਲ ਅਤੇ ਕੇਵਲ ਲੋਕਾਂ ਨੂੰ ਸੁਪਨੇ ਹੀ ਦਿਖਾਏ ਗਏ ਜਿਹੜੇ ਪੂਰੇ ਨਹੀਂ ਕਰ ਸਕਦੇ। ਹਾਂ, 5 ਸਾਲਾਂ ਵਿੱਚ ਕੁਝ ਗੱਲਾਂ ਪੂਰੀਆਂ ਕਰ ਦਿੱਤੀਆਂ ਜਾ ਸਕਦੀਆਂ ਹੁੰਦੀਆਂ। ਇਸ ਕਰਕੇ ਜਦੋਂ ਅਸੀਂ ਦੇਖੋ, ਇੱਕ ਹੁੰਦਾ ਸੀ ਅੱਗੇ, ਸਾਡੇ ਪੁਰਾਣੀ ਰਵਾਇਤ ਰਹੀ ਹੈ ਕਿ ਸਾਰੀਆਂ ਪਾਰਟੀਆਂ ਇੱਕ ਚੋਣ ਮੈਨੀਫੈਸਟੋ ਕਮੇਟੀ ਬਣਾਉਂਦੇ ਅਤੇ ਉਹਦੇ ਵਿੱਚ ਚੋਣ ਮੈਨੀਫੈਸਟੋ ਤਿਆਰ ਕੀਤਾ ਜਾਂਦਾ, ਉਹ ਸਾਰਾ ਚੋਣ ਮੈਨੀਫੈਸਟੋ ਲੋਕਾਂ ਦੇ ਸਾਹਮਣੇ ਰੱਖਿਆ ਜਾਂਦਾ ਅਤੇ ਉਹ ਚੋਣ ਮੈਨੀਫੈਸਟੋ ਦੇ ਵਿੱਚ ਇੱਕ ਇੱਕ ਚੀਜ਼ ਕਰਕੇ ਲੈ ਕੇ ਜਿੰਨਾ ਬਜਟ ਅਲਾਓ ਕਰੇ ਉਹ ਪੂਰੀ ਕੀਤੀ ਜਾਂਦੀ। ਜੇ ਚੋਣ ਮੈਨੀਫੈਸਟੋ ਦੇ ਅਨੁਸਾਰ ਪੂਰਾ ਨਾ ਹੋਵੇ ਤਾਂ ਲੋਕ ਇਹ ਫਿਰ ਬਾਅਦ ਵਿੱਚ ਉਹਨੂੰ ਚੈਲੇਂਜ ਕਰ ਸਕਦੇ ਆ ਕੋਰਟ ਵਿੱਚ। ਚੋਣ ਮੈਨੀਫੈਸਟੋ ਇੱਕੋ ਕਾਨੂੰਨੀ ਦਸਤਾਵੇਜ਼, ਉਹਨੂੰ ਸਮਝਿਆ ਜਾਣਾ ਚਾਹੀਦਾ। ਮੈਂ ਅੱਜ ਵੀ ਕਹਿੰਦੀ ਹਾਂ ਕਿ ਚੋਣ ਮੈਨੀਫੈਸਟੋ ਤਿਆਰ ਹੋਵੇ, ਲੋਕਾਂ 'ਚ ਜਾਵੇ, ਲੋਕ ਉਹਨੂੰ ਇਹ ਕਹਿਣ ਕਿ ਉਹਨੂੰ ਕਾਨੂੰਨੀ ਦਸਤਾ ਬਣਾ ਦਿੱਤਾ ਜਾਵੇ ਵੀ ਜਿਹੜਾ ਗੁੰਮਰਾਹ ਕਰੇ ਪੰਜਾਬ ਵਾਸੀਆਂ ਨੂੰ ਜਾਂ ਕਿਸੇ ਸਟੇਟ ਵਾਸੀਆਂ ਨੂੰ, ਉਹਨਾਂ ਉੱਤੇ ਬਕਾਇਦਾ ਉਹ ਕਾਰਵਾਈ ਹੋਣੀ ਚਾਹੀਦੀ ਹੈ ਕਿ ਗੁੰਮਰਾਹ ਕਰਕੇ ਵੋਟਾਂ ਕਿਉਂ ਲਈਆਂ, ਉਹਨਾਂ ਕੋਈ ਚੋਣ ਮੈਨੀਫੈਸਟੋ ਦਿਓ ਜਿਹੜਾ ਪੂਰਾ ਕਰ ਸਕੋ। ਹਾਂ, 90% ਹੋ ਜਾਵੇ, 10% ਰਹਿ ਜਾਵੇ, ਕੋਈ ਗੱਲ ਨਹੀਂ, ਉਹ ਲੋਕ ਟੋਲਰੇਬਲ ਸਮਝਦੇ ਆ। ਅਤੇ ਜੇ ਹੁਣ ਅਸੀਂ ਕਹੀਏ ਆਹ ਇੱਕ ਗਰੰਟੀ, ਇੱਕ ਬੰਦੇ ਦੀ ਗਰੰਟੀ ਨਹੀਂ ਨਾ ਹੁੰਦੀ, ਉਹ ਸਰਕਾਰ ਦੀ ਹੁੰਦੀ, ਜਿਹੜੀ ਸਰਕਾਰ ਬਣਨੀ ਹੈ। ਅਸੀਂ ਕਹੀ ਜਾਂਦੇ ਮੋਦੀ ਦੀ ਗਰੰਟੀ, ਅਸੀਂ ਕਹਿੰਦੇ ਕੇਜਰੀਵਾਲ ਦੀ ਗਰੰਟੀ, ਇੱਕ ਚੀਜ਼ ਨਹੀਂ ਨਾ ਹੁੰਦਾ, ਪੂਰਾ ਚੋਣ ਮੈਨੀਫੈਸਟੋ ਰੱਖਣਾ ਚਾਹੀਦਾ। ਜੇ ਤੁਸੀਂ 10 ਗਰੰਟੀਆਂ ਦੇ ਦਿਓਗੇ ਤਾਂ ਉਹਦੇ 'ਚ ਤਾਂ ਕਈ ਕੁਛ ਹੁੰਦਾ, ਜਿਹੜੇ ਚੋਣ ਮੈਨੀਫੈਸਟੋ 'ਚ ਕਈ ਕੁਛ ਕੀਤਾ ਹੁੰਦਾ, ਪੂਰੇ 5 ਦੀ ਪਲੈਨਿੰਗ ਹੁੰਦੀ। ਸੋ ਗਰੰਟੀਆਂ ਜਿਹੜੀਆਂ, ਇਹ ਮੈਂ ਸਮਝਦੀ ਹਾਂ ਕਿ ਸਰਕਾਰਾਂ ਨੂੰ ਇੰਨੀ ਛੋਟੀ ਥਾਂ ਦੇ ਉੱਤੇ ਹੀ ਆਉਣਾ ਚਾਹੀਦਾ ਵੀ ਆਹ ਗਰੰਟੀ ਜੀ ਤੁਹਾਡੇ ਅਸੀਂ ਬਿਜਲੀ ਦੇ ਬਿੱਲ ਮਾਫ਼ ਕਰ ਦਾਂਗੇ, ਇੱਕ ਗਰੰਟੀ। ਇੱਦਾਂ ਨਹੀਂ ਹੁੰਦਾ, ਖੇਤੀਬਾੜੀ ਨਾਲ ਸੰਬੰਧਿਤ ਬਹੁਤ ਸਾਰੀਆਂ ਗੱਲਾਂ ਹੁੰਦੀਆਂ। ਕੁਛ ਤੁਸੀਂ ਕਹੋਗੇ ਜੀ ਅਸੀਂ ਤੁਹਾਨੂੰ ਅਸੀਂ ਸੰਦਾਂ ਵਿੱਚ ਇੱਦਾਂ ਸ਼ੋਰਟ ਕਰ ਮਤਲਬ ਕੁਝ ਸਬਸਿਡੀ ਦੇਵਾਂਗੇ, ਕੁਝ ਤੁਹਾਨੂੰ ਅਸੀਂ ਖਾਦਾਂ ਵਿੱਚ ਅਸੀਂ ਘੱਟ ਰੇਟ ਕਰਾਂਗੇ, ਕੁਝ ਤੁਹਾਨੂੰ ਅਸੀਂ ਬਿਜਲੀ ਵਿੱਚ ਰੇਟ ਕਰਾਂਗੇ, ਬੜੀਆਂ ਚੀਜ਼ਾਂ ਹੁੰਦੀਆਂ ਜੀ। ਤੁਹਾਨੂੰ ਇੰਸ਼ੋਰੈਂਸ ਕਰਾ ਦੇਣ ਕਿ ਤੁਹਾਡੀ ਅਸੀਂ ਖੇਤੀ ਦੇ ਕੇਸ ਜਿਹੜੇ ਹੈ, ਖੇਤ ਜਿਹੜੇ ਹੈ ਉਹ ਇੰਸ਼ੋਰ ਕਰਾਂਗੇ। ਮੈਂ ਕਹਿੰਦੀ ਸਭ ਤੋਂ ਵੱਡੀ ਗੱਲ ਹੈ ਇੰਸ਼ੋਰ ਹੋ ਜਾਏ, ਜਿਹੜੀ ਇੰਸ਼ੋਰੈਂਸ ਹੋ ਜਾਂਦੀ ਹੈ ਨਾ ਜੀ, ਉਹਦੇ ਨਾਲ ਇਹ ਹੁੰਦਾ ਕਿ ਜੇ ਖੇਤੀ ਮਰ ਵੀ ਜਾਵੇ ਨਾ
ਉਹ ਇੰਸ਼ੋਰੈਂਸ ਜਿਹੜੀ ਹੈ ਉਹਦੀ ਪੂਰੀ ਉਹਨੂੰ ਮਿਲ ਜਾਂਦਾ। ਸੋ ਜਿਸ ਤਰ੍ਹਾਂ ਬਾਕੀ ਚੀਜ਼ਾਂ 'ਤੇ ਕਰਦੇ ਇੰਸ਼ੋਰੈਂਸ, ਘਰ ਨੂੰ ਅੱਗ ਲੱਗ ਜਾਵੇ, ਘਰ ਕੋਈ ਭੂਚਾਲ ਆ ਜੇ ਡਿੱਗ ਜਾਵੇ, ਇੰਸ਼ੋਰੈਂਸ ਹੋਈ ਹੋਵੇ ਤਾਂ ਉਹਨੂੰ ਪੈਸਾ ਮਿਲ ਜਾਂਦਾ। ਇਸੇ ਤਰ੍ਹਾਂ ਫਸਲ ਦੀ ਇੰਸ਼ੋਰੈਂਸ ਹੋ ਜੇ ਅਤੇ ਉਹਦੀ ਭਾਵੇਂ 100-200 ਰੁਪਇਆ ਜੋ ਜਮ੍ਹਾਂ ਹੁੰਦਾ ਹੋਵੇ, ਸਰਕਾਰ ਮੈਂ ਕਹਿੰਦੀ ਸਰਕਾਰ ਹੀ ਉਹ ਜਮ੍ਹਾਂ ਕਰਾ ਦੇਵੇ ਨਾ ਬਾਕੀ ਸਾਰੀਆਂ ਗੱਲਾਂ ਨਾਲੋਂ, ਅਤੇ ਉਹਦੇ ਨਾਲ ਉਹਦੇ ਬੜਾ ਫਾਇਦਾ ਹੋ ਜਾਂਦਾ। ਉਹ ਤਾਂ ਕਹਿ ਰਹੇ ਇਹ ਚੀਜ਼ਾਂ ਜਿਹੜੀ ਚੋਣ ਮੈਨੀਫੈਸਟੋ 'ਚ ਜਰਾ ਕੁ ਵੇਰਵਿਆਂ ਲਿਖੀਆਂ ਜਾ ਸਕਦੀਆਂ। ਇਹਦੇ ਵਿੱਚ ਸਿਰਫ ਆਹ ਗਰੰਟੀ ਜੀ, ਇਹ ਗਰੰਟੀ ਜੀ, ਮੈਨੂੰ ਨਹੀਂ ਲੱਗਦਾ ਇਹ ਸਰਕਾਰਾਂ ਕਿਹੜੇ ਇੱਕ ਦੂਜੇ ਨੂੰ ਦੇਖ ਦੇਖ ਕੇ ਚੱਲੀ ਜਾਂਦੀ ਹੈ। ਠੀਕ ਹੈ, ਸ਼ੁਕਰੀਆ ਜੀ, ਤੁਸੀਂ ਸਮਾਂ ਦਿੱਤਾ ਕਾਫੀ। ਮਿਹਰਬਾਨੀ ਜੀ। ਤਾਂ ਬਿਲਕੁਲ ਬੀਬੀ ਜਗੀਰ ਕੌਰ ਨੇ ਜਿਨ੍ਹਾਂ ਦੇ ਨਾਲ ਖਾਸੀ ਗੱਲਬਾਤ ਕੀਤੀ ਹੈ, ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਸ਼ਨ ਦੇ ਵਿੱਚ ਜ਼ਰੂਰ ਦੱਸਿਓ। ਕੈਮਰਾ ਪਰਸਨ ਪੰਕਜ ਦੇ ਨਾਲ ਰਾਜੂ ਗੁਪਤਾ, ਬਾਬੂਸ਼ਾਹੀ ਟਾਈਮ। ਕੈਮਰਾ ਪਰਸਨ ਪੰਕਜ ਦੇ ਨਾਲ ਰਾਜੂ ਗੁਪਤਾ, ਬਾਬੂਸ਼ਾਹੀ ਟਾਈਮ, ਬਿੱਗ ਵਾਲ।